ਵਾਲੇ ਇਹ ਕੁੱਕਰ ਫੌਜੀਆਂ ਦੇ ਨਾਂ ਕੀ ਜੀ? ਰਕੇਸ਼ ਕੁਮਾਰ। ਇਹ ਜਿਨ੍ਹਾਂ ਦਾ ਇਹ ਕਤਲ ਹੋਇਆ ਕੀ ਨਾਂ ਇਹਨਾਂ ਦਾ? ਇਹਨਾਂ ਦਾ ਨਾਂ ਪੂਰਨ ਚੰਦ ਜੀ, ਇਹਨਾਂ ਦੇ ਪਿਤਾ ਦਾ ਨਾਮ ਅਮਰਨਾਥ ਜੀ। ਹਾਂਜੀ, ਕਿੱਥੋਂ ਰਹਿਣਾ? ਕੁੱਕਰ ਫੌਜੀਆਂ ਤੋਂ। ਪਤਾ ਲੱਗਾ ਕੋਈ ਕੀ ਮਾਮਲਾ? ਉਹ ਨਹੀਂ ਜੀ, ਉਹ ਸਾਧ ਬੰਦਾ ਸੀ, ਇੱਦਾਂ ਮੰਗਣ ਮੁੱਕ ਕੇ ਚਲੋ ਗੁਜ਼ਾਰਾ ਕਰਦਾ ਸੀ, ਅਤੇ ਉਹ ਰਾਤ ਨੂੰ ਕੋਈ ਆਉਂਦੇ ਇੱਥੇ ਵੱਢ ਕੇ ਕੋਈ ਸੁੱਟ ਗਿਆ ਜੀ। ਉਹ ਸਵੇਰੇ ਆਣ ਕੇ ਵੇਖਿਆ ਜਿਹੜਾ ਸਾਰੇ ਪੁਲਿਸ ਵੀ ਆਈ ਹੈ, ਅਤੇ ਉਹਦੇ ਹੱਥ ਵੀ ਲੈ ਗਏ ਅਤੇ ਪੈਰ ਵੀ ਲੈ ਗਏ ਵੱਢ ਕੇ। ਹਾਂਜੀ, ਉਹ ਹੁਣ ਸਿਵਲ ਹੋਸਪਿਟਲ ਘੱਲਿਆ ਜੀ। ਕੋਈ ਲਾਗਤ ਭਾਜੀ ਪਿੰਡ? ਨਹੀਂ, ਲਾਗਤ ਭਾਜੀ ਸਾਧ ਬੰਦੇ ਨੇ ਕਦੀ ਲਾਗਤ ਭਾਜੀ ਨੇ ਮੰਗ ਕੇ ਖਾਣਾ ਤੁਹਾਡੇ ਕੋਲ 5 ਲੈ ਲਏ, ਕਦੀ 10 ਉਹਦੇ ਕੋਲ ਲੈ ਲਏ, ਉਹਦੀ ਕਿਤੇ ਨਾ ਲਾਗਤ ਭਾਜੀ ਹੋ ਸਕਦੀ। ਹਾਂਜੀ, ਇਹ ਕੋਈ ਅੱਜ ਅਰਲੀ ਮੋਰਨਿੰਗ ਦੀ ਗੱਲ, ਅਤੇ ਸਾਨੂੰ ਇਨਫੋਰਮੇਸ਼ਨ ਆਈ ਕਿ ਕੋਈ ਇੱਕ ਡੈੱਡ ਬੋਡੀ ਪਈ ਹੋਈ ਹੈ, ਉਹਦੇ ਸੰਬੰਧ 'ਚ ਜਦੋਂ ਸਾਡੀ ਟੀਮ ਦੇ ਇੱਥੇ ਪਹੁੰਚੀਆਂ ਉਹਨੂੰ ਵੈਰੀਫਾਈ ਕੀਤਾ ਗਿਆ, ਅਤੇ ਇੱਕ ਡੈੱਡ ਬੋਡੀ ਰਿਕਵਰ ਹੋਈ ਉਹਦੇ ਵਿੱਚ। ਉਹ ਬਾਅਦ ਵਿੱਚ ਜਦੋਂ ਉਹਦੀ ਜਾਂਚ ਕੀਤੀ ਗਈ ਅਤੇ ਉਹ ਪੂਰਨ ਚੰਦ ਜਿਹੜੇ ਕੁੱਕਰ ਫੌਜੀਆਂ ਦਾ ਰਹਿਣ ਵਾਲਾ ਸੀਗਾ, 60 ਸਾਲ ਦੀ ਉਹਦੀ ਏਜ ਆ, ਉਹਦੀ ਡੈੱਡ ਬੋਡੀ ਸੀਗੀ। ਕਿਸ ਹਾਲਾਤ 'ਚ? ਹਾਂਜੀ, ਕਿਸ ਹਾਲਾਤ 'ਚ? ਇਹ ਬਿਲਕੁਲ ਜੀ, ਇਹਦੇ ਉੱਤੇ ਨਾ ਕਾਫੀ ਜਿਵੇਂ ਸੱਟਾਂ ਸੁੱਟਾਂ ਦੇ ਨਿਸ਼ਾਨ ਸੀਗੇ, ਸੋ ਇੱਦਾਂ ਹੀ ਰਸਤੇ ਦੇ ਉੱਪਰ ਪਈ ਹੋਈ ਸੀਗੀ ਅਬੈਂਡਨ। ਉਹ ਉਹਨੂੰ ਹੁਣ ਬੋਡੀ ਨੂੰ ਰਿਕਵਰ ਕਰ ਲਿਆ ਅਤੇ ਹੋਸਪਿਟਲ ਭੇਜਤਾ ਪੋਸਟਮਾਰਟਮ ਲਈ, ਅਤੇ ਜਿਹੜੀ ਉਹਦੇ 'ਤੇ ਅਗਲੀ ਕਾਰਵਾਈ ਜਿਹੜੀ ਉਹ ਕੀਤੀ ਜਾਵੇ। ਮੁੱਢਲੀ ਜਾਣਕਾਰੀ ਮੁੱਢਲੀ ਅਜੇ ਤੱਕ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ, ਹੁਣੀ ਪਹੁੰਚੇ ਹਾਂ, ਸੋ ਉਹਦੇ 'ਚ ਸਾਰੇ ਹੀ ਜਿਹੜੇ ਐਂਗਲ ਆ ਉਹਨਾਂ ਨੂੰ ਦੇਖਿਆ ਜਾ ਰਿਹਾ ਕਿ ਪੋਸੀਬਿਲਿਟੀ ਹੋ ਸਕਦੀ ਹੈ, ਸੋ ਉਹਨਾਂ ਨੂੰ ਇਸੇ ਇਨਵੈਸਟੀਗੇਸ਼ਨ ਦੇ ਦੌਰਾਨ ਸਾਰਿਆਂ ਨੂੰ ਚੀਜ਼ਾਂ ਨੂੰ ਬਚਿਆ ਜਾਏਗਾ।